ਸਟੂਡੈਂਟਸ ਐਲਿਕੋ ਹੁਣ ਅੱਗੇ ਸਾਡੇ ਮੈਚ ਅਪਸ ਜਿੰਨੂੰ ਅਸੀਂ ਕੀ ਕਹਨੇ ਆ ਚਿੱਤਰ ਮਿਲਾਨ ਕਰੋ ਠੀਕ ਹੈ ਹੁਣ ਤੁਹਾਡੇ ਅੱਗੇ ਪਿਕਚਰਸ ਬਣੀ ਹੋਈਆਂ ਤੇ ਤੁਸੀਂ ਮੈਨੂੰ ਦੱਸੋਗੇ ਕਿ ਇਹ ਕਿਸ ਚੀਜ਼ ਦਾ ਚਿੱਤਰ ਹੈ ਤੇ ਅਸੀਂ ਉਹਨੂੰ ਫਿਰ ਮੈਚ ਕਰਾਂਗੇ ਅੱਛਾ ਪਹਿਲਾਂ ਦੱਸੋ ਇਹ ਕਿਸ ਚੀਜ਼ ਦਾ ਚਿੱਤਰ ਹੈ ਹਾਥੀ ਹਾਂਜੀ ਹਾਥੀ ਤੇ ਹਾਥੀ ਦਾ ਪਹਿਲਾ ਅੱਖਰ ਕੀ ਹੁੰਦਾ ਹੈ ਹਾ ਹਾ ਅੱਛਾ ਹੁਣ ਦੇਖਨੇ ਆ ਹਾ ਹਾ ਕਿੱਥੇ ਲਿਖਿਆ ਹੈ ਇਹ ਹੈਗਾ ਹਾ ਆਹ ਠੀਕ ਹੈ ਤੇ ਅੱਛਾ ਮੈਨੂੰ ਦੱਸੋ ਹਾਥੀ ਕਿਹੜੇ ਨੰਬਰ ਤੇ ਬਣਿਆ ਹੋਇਆ ਹੈ ਨੰਬਰ 1 ਹਾਂਜੀ ਤੇ ਅਸੀਂ ਹਾਹਾ ਦੇ ਅੱਗੇ ਲਿਖ ਲਾਂਗੇ ਨੰਬਰ 1 ਠੀਕ ਹੈ ਇਹਦੇ ਅੱਗੇ ਅਸੀਂ ਨੰਬਰ ਡਾਲ ਦਿੱਤਾ 1 ਅੱਛਾ ਨੈਕਸਟ ਪਿਕਚਰ ਦੱਸੋ ਕਾਰ ਹਾਂਜੀ ਵੈਰੀ ਗੁੱਡ ਕਾਰ ਇਹ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਕਿ ਕਾਰ ਹੈ ਠੀਕ ਹੈ ਕਾਰ ਦਾ ਪਹਿਲਾ ਅੱਖਰ ਕਿਹੜਾ ਹੁੰਦਾ ਹੈ ਕ ਕਾ ਹਾਂਜੀ ਤੇ ਕਕਾ ਕਿੱਥੇ ਹੈ ਏ ਕੱਕਾ ਔਰ ਕਾਰ ਕਿਹੜੇ ਨੰਬਰ ਤੇ ਬਣੀ ਹੋਈ ਹੈ ਨੰਬਰ 2 ਨੰਬਰ 2 ਕੱਕੇ ਦੇ ਅੱਗੇ ਅਸੀਂ ਲਿਖ ਦਾਂਗੇ ਨੰਬਰ 2 ਅੱਛਾ ਨੈਕਸਟ ਪਿਕਚਰ ਦੱਸੋ ਇਲ ਹਾਂਜੀ ਵੈਰੀ ਗੁੱਡ ਇਲ ਔਰ ਇਲ ਦਾ ਦੇਖੋ ਪਹਿਲਾ ਅੱਖਰ ਕਿਹੜਾ ਹੁੰਦਾ ਹੈ ਈ ਈੜੀ ਇਹ ਹੈਗੀ ਈੜੀ ਤੇ ਇਲ ਕਿਹੜੇ ਨੰਬਰ ਤੇ ਹੈ ਨੰਬਰ 3 ਨੰਬਰ 3 ਈੜੀ ਦੇ ਅੱਗੇ ਅਸੀਂ ਲਿਖ ਦਾਂਗੇ ਨੰਬਰ 3 ਨੈਕਸਟ ਇਜ਼ ਐ ਦੇਖੋ ਐ ਕੀ ਹੈ ਐਨਕ 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 ਦਾ ਪਹਿਲਾ ਅੱਖਰ ਐੜਾ ਹਾਂਜੀ ਏ ਐੜਾ ਤੇ ਐਨਕ ਕਿਹੜੇ ਨੰਬਰ ਤੇ ਹੈ ਨੰਬਰ 4 ਨੰਬਰ 4 ਐੜੇ ਦੇ ਗਿਆ ਸੀ ਲਿਖ ਦਾਂਗੇ ਨੰਬਰ 4 ਅੱਛਾ ਐਸ ਅ ਸ਼ੋ ਹੂ ਨੈਕਸਟ ਕਿਸ ਦੇ ਵਿੱਚ ਰ ਹੈ ਖੰਭ 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 ਦਾ ਪਹਿਲਾ ਅੱਖਰ ਖਖਾ ਖਖਾ ਇਹ ਐ ਹੈਗਾ ਖਖਾ ਖੰਭ ਕਿਹੜੇ ਨੰਬਰ ਤੇ ਆਇਆ ਨੰਬਰ 5 ਹਾਂਜੀ ਖਖੇ ਦੇ ਅੱਗੇ ਅਸੀਂ ਲਿਖ ਦਾਂਗੇ ਨੰਬਰ 5 ਅੱਛਾ ਇਹ ਕਿਸ ਦੇ ਪਿਕਚਰ ਹੈ ਸੱਪ ਸੱਪ ਹਾਂਜੀ ਤੇ ਸੱਪ ਦਾ ਪਹਿਲਾ ਅੱਖਰ ਸ ਸ ਸੱਪ ਤੇ ਇਹ ਸੱਪ ਕਿਹੜੇ ਨੰਬਰ ਤੇ ਆਇਆ ਨੰਬਰ 6 ਨੰਬਰ 6 ਇਸ ਦੇ ਅੱਗੇ ਅਸੀਂ ਨੰਬਰ 6 ਲਿਖ ਦਾਂਗੇ ਲੁੱਕ ਏ ਦ ਨੈਕਸਟ ਪੇਜ ਅੱਛਾ ਐ ਦੱਸੋ ਐ ਕੀ ਹੈ ਗਮਲਾ ਗਮਲਾ ਗਮਲੇ ਦਾ ਪਹਿਲਾ ਅੱਖਰ ਗੱਗਾ ਹਾਂਜੀ ਅੱਜ ਅਸੀਂ ਕਿਹੜਾ ਅੱਖਰ ਪੜਿਆ ਗੱਗਾ ਗਮਲਾ ਹੈ ਨਾ ਇਹ ਦੇਖੋ ਅੱਛਾ ਗਮਲਾ ਕਿਹੜੇ ਨੰਬਰ ਤੇ ਹੈ ਨੰਬਰ 7 ਨੰਬਰ 7 ਅਸੀਂ ਇੱਥੇ ਨੰਬਰ 7 ਲਿਖ ਦਾਂਗੇ ਅੱਛਾ ਐ ਦੱਸੋ ਅੰਬ ਅੰਬ ਦਾ ਪਹਿਲਾ ਅੱਖਰ ਐੜਾ ਐੜਾ ਇਹ ਹੈਗਾ ਤੇ ਅੰਬ ਕਿਹੜੇ ਨੰਬਰ ਤੇ ਹੈ ਨੰਬਰ 8 8 ਐੜੇ ਦੇਖ ਗਿਆ ਸੀ ਕੀ ਲਿਖ ਦਾਂਗੇ ਨੰਬਰ 8 ਲਾਸਟ ਇਸ ਉਂਗਲ 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 ਦਾ ਪਹਿਲਾ ਅੱਖਰ ਊੜਾ 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 ਹੈਗਾ ਐ ਤੇ ਉਂਗਲ ਕਿਹੜੇ ਨੰਬਰ ਤੇ ਹੈ ਬਣੀ ਹੋਈ ਨੰਬਰ 9 ਨੰਬਰ 9 ਵੈਰੀ ਗੁੱਡ ਐਲकेजी ਕਲਾਸ ਯੂ ਆਰ ਡੂਇੰਗ ਵੈਰੀ ਵੈਰੀ ਗੁੱਡ अच्छा हुन इस ਤੋਂ ਬਾਅਦ ਇਹ ਸਾਡੇ ਮੈਚਅਪਸ ਹੋ ਗਏ ਹੁਣ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਅੱਜ ਟੈਂਕੇ ਤੋਂ ਲੈ ਕੇ ਨਾਣਾ ਤੱਕ ਦੀਆਂ ਲਾਈਨਾਂ ਪੜ੍ਹਨੀਆਂ ਐ ਪੋਇਮ ਦੀਆਂ ਠੀਕ ਹੈ ਸਟੂਡੈਂਟਸ ਓਪਨ ਯਰ ਪੰਜਾਬੀ ਬੁੱਕ ਨੇਮ ਐ ਅੱਖਰ ਬੋਧ ਚਲੋ ਪਹਿਲਾਂ ਅਸੀਂ ਕੀ ਕਰਨਾ ਹੈ ਜਿਹੜੀਆਂ ਪਿਛਲੀਆਂ ਊੜਾ ਤੋਂ ਲੈ ਕੇ ਅਸੀਂ ਕੀਤੀਆਂ ਨਾ ਨੀਆਂ ਤੱਕ ਅਸੀਂ ਪਹਿਲਾਂ ਉਹਨੂੰ ਰਿਵਾਈਜ਼ ਕਰਨਾ ਹੈ ਮੈਂ ਬੋਲਾਂਗੀ ਤੁਸੀਂ ਮੇਰੇ ਪਿੱਛੇ-ਪਿੱਛੇ ਬੋਲਣੀ ਐ ਠੀਕ ਹੈ ਦੇਖੋ ਉੜਾ ਉਂਗਲ ਉੜਾ ਊਂਠ ਉੜਾ ਉਂਗਲ ਉੜਾ ਊਂਠ ਕੋਈ ਕਦੇ ਨਾ ਬੋਲੇ ਝੂਠ ਕੋਈ ਕਦੇ ਨਾ ਬੋਲੇ ਝੂਠ ਐੜੇ ਤੋਂ ਅਨਾਰ ਦਾਣੇ ਇਸਦੇ ਲਾਲ ਐੜੇ ਤੋਂ ਅਨਾਰ ਦਾਣੇ ਇਸਦੇ ਲਾਲ ਖਾਨ ਵਾਲੇ ਹੋ ਜਾ ਨਿਹਾਲ ਖਾਨ ਵਾਲੇ ਹੋ ਜਾ ਨਿਹਾਲ ईडी तो इल शुशु कर दी ए आ जावे ईडी तो इल शुशु कर दी ए आ जावे आसमानी ऊंचिया उड़ारिया लावे आसमानी ऊंचिया उड़ारिया लावे ससे तो संतरा संतरी संतरी रूप ससे तो संतरा संतरी संतरी रूप गुना नाल हाँ मैं भरपूर गुना ग हा 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 हाथी हा हा हदवाना हा हा हाथी हा हा हदवाना असी बड़े शौक ना खाना असी बड़े है शौक ना खाना कक्के तो कबूतर खंबा नाल उड़दा जावे कक्के तो कबूतर खंबा नाल उड़दा जावे चटपट अह संदेश पहुंचावे चटपट अह संदेश पहुंचावे खखा कीड़ो ना खखा खांब, खखा कीड़ो ना खखा खांब, बच्चे पढ़ पढ़ जांदे हांब, बच्चे पढ़ पढ़ जांदे हांब, गगे तो गमला रंग बिरंगे फूला वाले, गगे तो गमला रंग बिरंगे फूला वाले, गमले लगदे बड़े प्यारे, गमले लगदे बड़े प्यारे कगे तो कारे, कुम के देख्या जग सारा कगे तो कारे, कुम के देख्या जग सारा अपना घर सब तो प्यारा अपना घर सब तो प्यारा अगे है चच्चा चमचा चच्चा चरखा चच्चे तो चमचा चच्चा चरखा किन्ने ला पहुंचांदी वरखा किन्ने ला पहुंचांदी वरखा ਛੱਛਾ ਛਤਰੀ ਛੱਛਾ ਛੱਲੀ ਛੱਛਾ ਛਤਰੀ ਛੱਛਾ ਛੱਲੀ ਟੀਮ ਹਾਕੀ ਦੀ ਖੇਡਣ ਚੱਲੀ ਟੀਮ ਹਾਕੀ ਦੀ ਖੇਡਣ ਚੱਲੀ ਜੱਜਾ ਜੁੱਤੀ ਜੱਜਾ ਜੱਗ ਜੱਜਾ ਜੁੱਤੀ ਜੱਜਾ ਜੱਗ ਬੱਲਿਆ ਸਭ ਦੇ ਕਹਿਨੇ ਲੱਗ ਬੱਲਿਆ ਸਭ ਨੇ ਕਹਿਨੇ ਲੱਗ ਚੱਜਾ ਚੂਲਾ ਚੱਜਾ ਚੰਡਾ ਚੱਜਾ ਚੂਲਾ ਚੱਜਾ ਚੰਡਾ ਪਾਣੀ ਪੀਓ ਨਾ ਬੋਤਾ ਠੰਡਾ ਪਾਣੀ ਪੀਓ ਨਾ ਬੋਤਾ ਠੰਡਾ ਨੀਆ ਖਾਲੀ ਨੀਆ ਖਾਲੀ ਪਿਛਲੀ ਵਾਰ ਅਸੀਂ ਇੱਥੋਂ ਦਾ ਕੀਤਾ ਸੀ ਨਾ ਹੁਣ ਅਸੀਂ ਅੱਗੇ ਕਰਨੀ ਹੈ ਸਾਡੀ ਜਿਹੜੀ ਲਾਸਟ ਲਾਈਨ ਹੈ ਉਹਦਾ ਪਹਿਲਾ ਅੱਖਰ ਹੈ ਟੈਂਕਾ ਅਸੀਂ ਹੁਣ ਅਜੇ ਇਹਦੀ ਪੋਇਮ ਪੜ੍ਹਨੀ ਹੈ ਚਲੋ ਮੇਰੇ ਪਿੱਛੇ-ਪਿੱਛੇ ਬੋਲੋ टेंका टमाटर टेंका टब टेंका टमाटर टेंका टब मां बच्चे लाई दूजा रब मां बच्चे लाई दूजा रब फिर तो बोलो टेंका टमाटर टेंका टब टेंका टमाटर टेंका टब मां बच्चे लाई दूजा रब मां बच्चे लाई दूजा रब ਠੱਠਾ ਠਾਨੇ ਦਾ ਠੱਠਾ ਠੇਲਾ ਠੱਠਾ ਠਾਨੇ ਦਾ ਠੱਠਾ ਠੇਲਾ ਆਓ ਚਲਿਏ ਦੇਖਣ ਮੇਲਾ ਆਓ ਚਲਿਏ ਦੇਖਣ ਮੇਲਾ ਠੱਠਾ ਠਾਨੇ ਦਾ ਠੱਠਾ ਠੇਲਾ ਠੱਠਾ ਠਾਨੇ ਦਾ ਠੱਠਾ ਠੇਲਾ ਆਓ ਚਲਿਏ ਦੇਖਣ ਮੇਲਾ ਆਓ ਚਲਿਏ ਦੇਖਣ ਮੇਲਾ ਡੱਡਾ ਡੂ ਡੱਡਾ ਡੱਬਾ ਡੱਡਾ ਡੂ ਡੱਡਾ ਡੱਬਾ ਸਾਨੂੰ ਪਾਸ ਕਰੀ ਤੂੰ ਰੱਬਾ ਸਾਨੂੰ ਪਾਸ ਕਰੀ ਤੂੰ ਰੱਬਾ ਡੱਡਾ ਡੂ ਡੱਡਾ ਡੱਬਾ ਡੱਡਾ ਡੂ ਡੱਡਾ ਡੱਬਾ ਸਾਨੂੰ ਪਾਸ ਕਰੀ ਤੂੰ ਰੱਬਾ ਸਾਨੂੰ ਪਾਸ ਕਰੀ ਤੂੰ ਰੱਬਾ ਟੱਡਾ ਟੱਕਰ ਟੱਡਾ ਟੋਲ ਡੱਡਾ ਟੱਕਰ ਟੱਡਾ ਟੋਲ आओ चलिए मामे कोल आओ चलिए मामे कोल टड्डा टक्कर टड्डा टोल टड्डा टक्कर तदा तो आओ चलिए मामे कोल आओ चलिए मामे कोल नाना खाली नाना खाली आज ascii टेंके तो लेके नाना खाली तक पोएम्स पढ़ ली ठीक है थीके? ਹੁਣ ਨੈਕਸਟ ਵੀਕ ਨੈਕਸਟ ਕਲਾਸ ਵਿੱਚ ਮੈਂ ਤੁਹਾਡੇ ਕੋਲੋਂ ਪੂਰਾ ਉੜੇ ਤੋਂ ਲੈ ਕੇ ਨਾਣਾ ਤੱਕ ਜਿੰਨਾ ਵੀ ਕਰਾਇਆ ਸੁਣਾਇਆ ਇਹ ਤੁਹਾਨੂੰ ਪਤਾ ਨਾ ਤੁਹਾਡਾ ਇੱਥੋਂ ਤੱਕ ਫਰਸਟ ਟਰਮ ਦਾ ਸਿਲੇਬਸ ਹੈਗਾ ਔਰਲ ਠੀਕ ਹੈ ਤੁਹਾਨੂੰ ਮੈਂ ਉੜੇ ਤੋਂ ਲੈ ਕੇ ਨਾਣਾ ਤੱਕ ਪੁੱਛਣਾ ਹੈਗਾ ਕਿ ਤੁਹਾਨੂੰ ਆਂਦਾ ਏ ਨਹੀਂ ਆਂਦਾ ਠੀਕ ਹੈ ਹੁਣ ਇਸ ਤੋਂ ਬਾਅਦ ਦੇਖੋ ਬੇਟਾ ਸਾਡੀ ਵਰਕਸ਼ੀਟ ਹੈ ਤੁਹਾਨੂੰ ਮੈਂ ਲਾਸਟ ਵੀਕ ਵੀ ਵਰਕਸ਼ੀਟ ਦਿੱਤੀ ਸੀ ਤੁਸੀਂ ਕੰਪਲੀਟ ਕਰ ਲਈ ਹੋਣੀ ਹੈ ਹੁਣ ਅਗਲੀ ਦੇਖੋ ਨੈਕਸਟ ਸਾਡੀ ਵਰਕਸ਼ੀਟ ਆਏਗੀ ਗੱਗੇ ਦੀ ਕਿਉਂਕਿ ਅੱਜ ਅਸੀਂ ਕਿਹੜਾ ਅੱਖਰ ਕੀਤਾ ਹੈ ਗੱਗਾ ਹੈਨਾ ਗੱਗੇ ਤੋਂ ਕੀ ਹੁੰਦਾ ਹੈ ਗਮਲਾ ਵੀ ਹੁੰਦਾ ਹੈ ਤੇ ਗੱਗੇ ਤੋਂ ਗਾਜਰ ਵੀ ਹੁੰਦੀ ਹੈ ਹੈਨਾ ਤੁਸੀਂ ਖਾਣਾ ਪਸੰਦ ਕਰਦੇ ਹੋ ਨਾ ਗਾਜਰ ਇਹ ਦੇਖੋ ਤੁਸੀਂ ਕੀ ਕਰਨਾ ਹੈ ਗਾਜਰ ਡਰਾਅ ਕਰਨੀ ਹੈ ਠੀਕ ਹੈ ਤੇ ਉਹਨੂੰ ਕਲਰ ਕਰਨਾ ਹੈ ਠੀਕ ਹੈ ਐਸੇ ਤਰ੍ਹਾਂ ਦਾ ਸੋਨੀ ਸੋਨੀ ਕਲਰਸ ਬਾਹਰ ਨਹੀਂ ਕਾਲਨੇ ਠੀਕ ਹੈ ਨੈਕਸਟ ਇਜ਼ ਯਰ ਹੋਮਵਰਕ ਠੀਕ ਹੈ ਹੋਮਵਰਕ ਦਾ ਤੁਹਾਨੂੰ ਪਤਾ ਹੈ ਊੜੇ ਤੋਂ ਨਾਣਾ ਤੱਕ ਲਰਨ ਕਰਨਾ ਹੈ ਅੱਖਰ ਬੋਧ ਤੁਹਾਡੀ ਬੁੱਕ ਦਾ ਨਾਮ ਹੈ ਫਿਰ ਤੁਸੀਂ ਪੋਇਮ ਲਰਨ ਕਰਨੀ ਹੈ ਓੜੇ ਤੋਂ ਨਾਣਾ ਤੱਕ ਜਿਹੜੀ ਤੁਹਾਨੂੰ ਪੂਰੀਆਂ ਮੈਂ ਕਰਵਾ ਦਿੱਤੀਆਂ ਠੀਕ ਹੈ ਇਹ ਤੁਹਾਡਾ ਔਰਲ ਵਰਕ ਹੋ ਗਿਆ ਇੱਥੇ ਰਿਟਨ ਤੋਂ ਰਿਟਨ ਵਰਕ ਫਾਰਮੇਸ਼ਨ ਆਫ ਗੱਗਾ ਅੱਜ ਅਸੀਂ ਗੱਗੇ ਦੀ ਫਾਰਮੇਸ਼ਨ ਕੀਤੀ ਹੈ ਨਾ ਗੱਗਾ ਬਣਾਉਣਾ ਸਿੱਖਿਆ ਉਹਨੂੰ ਤੁਸੀਂ ਆਪਣੀ ਨੋਟਬੁੱਕ ਤੇ ਕਰਨਾ ਹੈ 2 ਜਾਂ 3 ਪੇजेस ਜਿੰਨੀ ਦੇਰ ਤੱਕ ਤੁਹਾਨੂੰ ਸਹੀ ਤਰੀਕੇ ਨਾਲ ਬਣਾਉਣਾ ਨਹੀਂ ਆਏਗਾ ਠੀਕ ਹੈ ਨੈਕਸਟ ਫਿਰ ਤੁਸੀਂ ਕੀ ਕਰਨਾ ਹੈ ਨੈਕਸਟ ਪੇਜ ਤੇ ਊੜੇ ਤੋਂ ਲੈ ਕੇ ਗੱਗਾ ਤੱਕ ਲਿਖਣਾ ਹੈ ਜਿਸ ਦਾ ਤੁਹਾਨੂੰ ਮੈਂ ਦੱਸਿਆ ਸੀਗਾ ਨੈਕਸਟ ਆਇਡੈਂਟੀਫਾਈ ਦਾ ਪਿਕਚਰਸ ਦੈਨ ਮੈਚ ਅਪਸ ਐਂਡ ਦਾ ਲਾਸਟ ਫਿਲ ਅਪਸ ਯੂ ਹੈਵ ਟੂ ਡੂ ਠੀਕ ਹੈ ਲਾਸਟ ਹੈ ਤੁਹਾਡਾ ਵਰਕਸ਼ੀਟ ਕਲਰ ਦਾ ਪਿਕਚਰ ਆਫ ਗੱਗਾ ਗਾਜਰ ਇਹ ਤੁਹਾਡਾ ਅੱਜ ਦਾ ਹੋਮਵਰਕ ਹੋ ਗਿਆ ਠੀਕ ਹੈ ਜੋ ਵੀ ਅਸੀਂ ਕੀਤਾ ਹੁਣ ਅਸੀਂ ਨੈਕਸਟ ਕਲਾਸ 'ਚ ਮਿਲਾਂਗੇ ਟਿਲ ਦੈਨ ਬਾਏ ਬਾਏ